ਆ ਹੈ ਗੁਟਕਾ ਸਾਹਿਬ ਔਰ ਉਹ ਇੱਥੋਂ 30 ਕਿਲੋਮੀਟਰ ਦੂਰ ਦਮਦਮਾ ਸਾਹਿਬ। ਮੈਂ ਇਹ ਦਮਦਮਾ ਸਾਹਿਬ ਵੱਲ ਗੁਟਕਾ ਸਾਹਿਬ ਨੂੰ ਚੱਕ ਕੇ ਸਹੁੰ ਖਾਂਦੇ ਅੱਜ ਕਿ ਪਹਿਲੀ ਗੱਲ ਇਹ ਜੋ ਨਸ਼ਿਆਂ ਦਾ ਕੰਮ ਹੈ ਜੋ ਆਮ ਆਦਮੀ ਕਹਿੰਦੇ 4 ਮਹੀਨੇ ਅੱਜ ਮੈਂ ਖਤਮ ਕਰ ਦੂ, ਮੈਂ ਇਹ 4 ਹਫ਼ਤਿਆਂ ਦੇ ਵਿੱਚ ਇਹਦੇ ਲੱਕ ਤੋੜ ਕੇ ਛੱਡੂਗਾ। ਜੋ ਭ੍ਰਿਸ਼ਟਾਚਾਰ ਹੈ ਇਸ ਦੇਸ਼ ਦੇ ਵਿੱਚ, ਇਹ ਬੱਚਾ ਕੋਈ ਪਟਵਾਰਖਾਨਾ ਥਾਣਾ ਕੋਈ ਤਹਿਸੀਲ ਦੇ ਵਿੱਚ ਨਹੀਂ ਜਾ ਸਕਦਾ, ਉਹ ਭ੍ਰਿਸ਼ਟਾਚਾਰ ਮੈਂ ਖਤਮ ਕਰਕੇ ਛੱਡੂ, ਇਹ ਮੇਰਾ ਵਿਹਾਰ ਹੈ। ਹਰ ਪਿੰਡ ਦੇ ਵਿੱਚ ਸਾਡੇ ਬੱਚੇ ਬੈਠੇ ਨੇ ਜਿਨ੍ਹਾਂ ਨੂੰ ਨੌਕਰੀਆਂ ਨਹੀਂ ਹੈ, ਕੋਈ ਪੜ੍ਹੇ ਲਿਖੇ ਨੇ, ਕੋਈ ਕੁਛ ਪੜ੍ਹੇ ਨੇ, ਕੋਈ ਬੜੇ ਪੜ੍ਹੇ ਨੇ, ਇਹ ਮੇਰੇ ਹੈ ਕਿ ਪਹਿਲਾਂ ਮੈਂ ਪੂਰਾ ਜ਼ੋਰ ਲਾ ਦੂੰਗਾ ਉਹਨਾਂ ਨੂੰ ਨੌਕਰੀਆਂ ਦਵਾਉਣ ਦਾ, ਔਰ ਮੈਂ 10ਵੇਂ ਪਾਤਸ਼ਾਹ ਦੀ ਚਰਨਾਂ ਦੀ ਸਹੁੰ ਖਾਂਦਾ ਹੈ ਕਿ ਇਹਨੂੰ ਛੱਡ ਕੇ ਕਰਕੇ ਮੈਂ ਛੱਡੂੰਗਾ। ਸਾਡੇ ਅੰਦਰ ਉਹ ਭਾਵਨਾ ਨਹੀਂ ਰਹਿ ਗਈ? ਮੈਂ ਬੇਨਤੀ ਕਰ ਰਿਹਾ ਸਾਂ, ਕਦੇ ਵਿਚਾਰ ਕੇ ਦੇਖੋ ਵਾਰ ਵਾਰ ਸਾਡੀ ਕੌਮ ਦਾ ਜਜ਼ਬਾ ਕਿਵੇਂ ਮਾਰਿਆ ਗਿਆ। ਸਿੱਖ ਬਾਣੀ ਲਈ ਮਰ ਮਿਟਣ ਲਈ ਤਿਆਰ ਹੁੰਦਾ ਸੀ, ਅਜੋਕੇ ਰਾਜਨੀਤਿਕ ਨੇ ਕੈਪਟਨ ਨੇ ਗੁਟਕੇ 'ਤੇ ਕਸਮ ਖਾ ਲਈ। ਗੱਲ ਗੁਟਕੇ 'ਤੇ ਕਸਮ ਦੀ ਨਹੀਂ ਹੈ, ਗੱਲ ਇਹ ਆ ਵੀ ਆਉਣ ਵਾਲੇ ਸਮੇਂ 'ਚ ਲੋਕ ਕਿਆ ਕਰਨਗੇ, ਉਹ ਗੁਟਕੇ 'ਤੇ ਕਸਮ ਵੀ ਖਾ ਲਈਏ ਤਾਂ ਵੀ ਸਿੱਖ ਨੂੰ ਕੋਈ ਫਰਕ ਨਹੀਂ ਪੈਂਦਾ, ਉਹ ਰੱਜ ਕੇ ਝੂਠ ਬੋਲ ਲੈਂਦਾ ਕੋਈ ਫਰਕ ਨਹੀਂ ਪੈਂਦਾ, ਤੁਹਾਡਾ ਜਜ਼ਬਾ ਮਾਰ ਦਿੱਤਾ, ਕੱਲ੍ਹ ਕੌਣ ਗੁਟਕੇ 'ਤੇ ਵਿਸ਼ਵਾਸ ਕਰੇਗਾ? ਇਤਿਹਾਸ ਤੁਹਾਡਾ ਸਾਡਾ ਨਹੀਂ ਬਣਨਾ, ਇਤਿਹਾਸ ਇਹਨਾਂ ਲੋਕਾਂ ਦਾ ਬਣਨਾ, ਇਹਨਾਂ ਲੋਕਾਂ ਦਾ ਇਤਿਹਾਸ ਬਣਨਾ ਵੀ ਕਦੇ ਸਿੱਖ ਹੋਰ ਸੀ ਜਿਹੜਾ ਕਚਹਿਰੀ ਵਿੱਚ ਆ ਕੇ ਕਹਿ ਦਿੰਦਾ ਸੀ ਵੀ ਇਹ ਬਦੋਸ਼ਾ ਹੈ, ਇਹਨੇ ਇਹ ਕੰਮ ਨਹੀਂ ਕੀਤਾ, ਭਾਵੇਂ ਚਸ਼ਮ ਦੀ ਗਵਾਹ ਵੀ ਹੋਣ ਤਾਂ ਵੀ ਸਿੱਖ ਇੱਕ ਵਾਰੀ ਕਹਿ ਦੇਵੇ ਵੀ ਨਹੀਂ ਇਹ ਮੇਰੇ ਸਾਹਮਣੇ ਕੰਮ ਨਹੀਂ ਹੋਇਆ, ਅਤੇ ਜੱਜ ਵੀ ਮੰਨ ਲੈਂਦਾ ਸੀ ਵੀ ਇਹ ਸਿੱਖ ਹੈ ਸੱਚ ਬੋਲਦਾ ਹੋਵੇਗਾ। ਅਤੇ ਅੱਜ ਤੁਹਾਡਾ ਇਤਿਹਾਸ ਇਹ ਬਣ ਗਿਆ ਵੀ ਉਹ ਕਹਿਣਗੇ ਆਉਣ ਵਾਲੇ ਸਮੇਂ 'ਚ ਸਿੱਖ ਤਾਂ ਗੁਟਕੇ 'ਤੇ ਹੱਥ ਰੱਖ ਕੇ ਝੂਠ ਬੋਲ ਦਿੰਦਾ। ਯਾਦ ਰੱਖਿਓ ਜੇ ਕਚਹਿਰੀਆਂ ਦੇ ਵਿੱਚ ਲੰਮਾ ਸਮਾਂ ਲੋਕ ਬਾਈਬਲ ਲੈ ਕੇ ਜਾਂਦੇ ਰਹੇ, ਲੋਕ ਕੁਰਾਨ ਮਜੀਦ ਲੈ ਕੇ ਜਾਂਦੇ ਰਹੇ, ਪਰ ਸਿੱਖ ਨੂੰ ਵਾਪਸੀ ਵੀ ਤੈਨੂੰ ਗੁਟਕੇ ਦੀ ਲੋੜ ਨਹੀਂ, ਸਿੱਖ ਜ਼ਬਾਨੋਂ ਹੀ ਕਹਿ ਦੇਵੇ, ਸਿੱਖ ਗੁਟਕੇ 'ਤੇ ਹੱਥ ਨਹੀਂ ਸੀ ਰੱਖਦਾ ਕਚਹਿਰੀਆਂ 'ਚ, ਸਿੱਖ ਜ਼ਬਾਨੋਂ ਹੀ ਕਹਿ ਦੇਵੇ ਵੀ ਮੈਂ ਸੱਚ ਬੋਲਦਾ, ਅਤੇ ਲੋਕ ਸੱਚ ਪ੍ਰਵਾਨ ਕਰ ਲੈਂਦੇ ਸੀ। ਪਰ ਅੱਜ ਇਹਨੇ ਗੁਟਕੇ 'ਤੇ ਹੱਥ ਰੱਖ ਕੇ ਵੀ ਉਹ ਇਤਿਹਾਸ ਸਿਰਜ ਦਿੱਤਾ, ਲੋਕ ਇਹਦੇ ਗੁਟਕੇ 'ਤੇ ਹੱਥ ਰੱਖੇ 'ਤੇ ਵੀ ਵਿਸ਼ਵਾਸ ਨਹੀਂ ਕਰਨਗੇ। ਸਾਡਾ ਜਜ਼ਬਾ ਮਾਰ ਦਿੱਤਾ ਹੈ। ਦੇਖੋ ਸਾਨੂੰ ਡਰ ਕਦੇ ਵੀ ਨਹੀਂ ਹੋਇਆ, ਅੱਜ ਵੀ ਡਰ ਨਹੀਂ ਹੈ, ਕੌਮ ਦੇ ਹਾਲਾਤ ਭਾਵੇਂ ਕੋਈ ਹੋਣ। ਹੁਣ ਤੁਸੀਂ ਦੇਖ ਸਕਦੇ ਹੋ ਨਾ ਤੁਹਾਡੇ ਸਾਹਮਣੇ, ਕਿੱਥੇ ਤਾਂ ਇੱਕ ਬੀਬੀ ਜਿਹਦਾ ਪਤੀ ਜਸਵੰਤ ਸਿੰਘ ਖਾਲੜਾ ਉਹ ਲਾਵਾਰਸ਼ਾਂ ਨੂੰ ਲੱਭਦਾ ਹੋਇਆ ਆਪ ਲਾਵਾਰਸ ਹੋ ਗਿਆ। ਤੁਹਾਡੇ 'ਚੋਂ ਕਿਸੇ ਨੂੰ ਵਕਤ ਮਿਲੇ, ਕਨੇਡਾ ਦਾ ਇੱਕ ਸ਼ਹਿਰ ਹੈ ਵਿਨੀਪੈਗ, ਵਿਨੀਪੈਗ ਦੇ ਵਿੱਚ ਉੱਥੇ ਦੁਨੀਆ ਭਰ 'ਤੇ ਜਿਨ੍ਹਾਂ ਨੇ ਇਨਸਾਨੀਅਤ ਲਈ ਕੰਮ ਕੀਤਾ ਉਹਨਾਂ ਦੀਆਂ ਫੋਟੋਆਂ ਅਤੇ ਉਹਨਾਂ ਦਾ ਇਤਿਹਾਸ ਹੈ, ਮਾਣ ਹੋਣਾ ਚਾਹੀਦਾ। ਉੱਥੇ ਜਸਵੰਤ ਸਿੰਘ ਖਾਲੜੇ ਦੀ ਫੋਟੋ ਹੈ ਔਰ ਉੱਥੇ ਉਹਦਾ ਇਤਿਹਾਸ ਹੈ ਵੀ ਇਹਨੇ ਮਨੁੱਖਤਾ ਦੀ ਖਾਤਰ ਏਡਾ ਵੱਡਾ ਕੰਮ ਕੀਤਾ। ਅੱਜ ਵਿਦੇਸ਼ਾਂ ਵਿੱਚ ਗੱਲ ਚੱਲਦੀ ਹੈ ਜਸਵੰਤ ਸਿੰਘ ਖਾਲੜੇ ਦੇ ਕਾਰਨ ਚੱਲਦੀ ਹੈ। ਕੈਨੇਡਾ ਦੀ ਪਾਰਲੀਮੈਂਟ ਹਿਲਾ ਕੇ ਰੱਖ ਦਿੱਤੀ ਜਸਵੰਤ ਸਿੰਘ ਖਾਲੜਾ ਵਰਗਿਆਂ ਦੀਆਂ ਗੱਲਾਂ ਨੇ।
ਅਤੇ ਅੱਜ ਉਹਦੇ ਘਰ ਵਾਲੀ ਸਿਰਫ ਪੰਥ ਤੋਂ ਇਹ ਮੰਗ ਕਰ ਰਹੀ ਹੋਵੇ ਵੀ ਮੈਨੂੰ ਵੋਟਾਂ ਪਾਓ, ਮੈਂ ਆਪਣੇ ਪਤੀ ਦੀ ਆਵਾਜ਼ ਦਿੱਲੀ ਦੀ ਦਰਬਾਰ ਵਿੱਚ ਗੂੰਜਣਾ ਚਾਹੁੰਦੀ ਹੈ, ਅਤੇ ਅੱਜ ਉਹਦੀ ਅਸੀਂ ਉਹ ਵੋਟਾਂ ਨਹੀਂ ਪਾ ਸਕੇ, ਇੱਕ ਬੀਬੀ ਨੂੰ ਵੋਟਾਂ ਪਾ ਕੇ ਜਿਤਾ ਨਹੀਂ ਸਕੇ, ਕਿੱਥੇ ਤੁਹਾਡਾ ਜਜ਼ਬਾ, ਕਿਵੇਂ ਆਸ ਰੱਖੋਗੇ? ਮੈਂ ਬੇਨਤੀ ਕਰਾਂ, ਲੱਖ ਮੁਸੀਬਤਾਂ ਹੋਣ ਫਿਰ ਵੀ ਸਿੱਖ ਡੋਲਦਾ ਨਹੀਂ, ਕਿਉਂ? ਕਿਉਂਕਿ ਇਹਦੇ ਕੋਲ ਇਹਦੇ ਗੁਰੂ ਦੀ ਦਿੱਤੀ ਹੋਈ ਉਹ ਦਾਤ ਹੈ ਜਿਹਦੀ ਸ਼ੁਰੂਆਤ ਹੀ ਇੱਥੋਂ ਹੁੰਦੀ ਹੈ, ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਵਾਪਸ ਪਰਤ ਆਈਏ, ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਜੁੜ ਜਾਈਏ, ਗੁਰੂ ਨਾਲ ਜੁੜ ਜਾਈਏ, ਅਤੇ ਅੱਜ ਫਿਰ ਦੁਬਾਰੇ ਉਹ ਸਮਾਂ ਆ ਜਾਏਗਾ। ਅਸੀਂ ਤਾਂ ਸਾਡਾ ਤਾਂ ਇਤਿਹਾਸ ਇਹ ਸੀ ਭਾਈ ਘਨੱਈਏ ਵਾਂਗੂ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਉਂਦੇ ਹਾਂ, ਅਤੇ ਅੱਜ ਉਹੀਓ ਸਿੱਖ ਪੰਜਾਬ ਦੇ ਪਾਣੀਆਂ ਪਿੱਛੇ ਲੜ ਰਿਹਾ ਹੋਵੇ, ਉਹੀਓ ਸਿੱਖ ਪਾਣੀਆਂ ਪਿੱਛੇ ਲੜ ਰਿਹਾ ਹੋਵੇ ਵੀ ਸਾਡਾ ਪਾਣੀ ਸਾਡੇ ਕੋਲ ਰਹਿਣ ਦਿਓ। ਮੈਂ ਬੇਨਤੀ ਕਰਨੀ ਚਾਹੁੰਦਾ ਤੁਹਾਡੇ ਚਰਨਾਂ ਵਿੱਚ, ਅੱਜ ਵੀ ਅਗਰ ਅਸੀਂ ਸਭ ਕੁਝ ਵਿੱਚੋਂ ਕੱਢ ਕੇ ਸਿੱਖ ਅਤੇ ਬਾਣੀ ਦਾ ਭਰੋਸਾ ਬਣ ਜਾਏ, ਗੁਰੂ ਚਰਨਾਂ ਨਾਲ ਪਿਆਰ ਬਣ ਜਾਏ, ਸਤਿਗੁਰੂ ਨਾਲ ਸਾਡਾ ਸੁਨੇਹ ਬਣ ਜਾਏ, ਤਾਂ ਅੱਜ ਵੀ ਬਾਬਾ ਦੀਪ ਸਿੰਘ ਪੈਦਾ ਹੋ ਸਕਦੇ ਨੇ, ਅੱਜ ਵੀ ਭਾਈ ਬਚਿੱਤਰ ਸਿੰਘ ਪੈਦਾ ਹੋ ਸਕਦੇ ਨੇ, ਅੱਜ ਵੀ ਉਹ ਬੋਤਾ ਸਿੰਘ ਅਤੇ ਗਰਜਾ ਸਿੰਘ ਵਰਗੇ ਪੈਦਾ ਹੋ ਸਕਦੇ ਨੇ, ਅੱਜ ਵੀ ਕੋਈ ਬਹੁਤੀ ਦੂਰ ਨਹੀਂ ਗਏ। ਅਸੀਂ ਗੁਰੂ ਚਰਨਾਂ ਨਾਲ ਜੁੜ ਜਾਈਏ, ਗੁਰੂ ਦਰ ਨਾਲ ਜੁੜ ਜਾਈਏ, ਹਰ ਸਿੱਖ ਆਪਣੇ ਜੀਵਨ ਵਿੱਚੋਂ ਸਹਿਜ ਪਾਠ ਕਰੇ। ਇਹ ਗੱਲ ਆਪਾਂ ਆਪਣੇ ਜੀਵਨ ਦਾ ਅੰਗ ਬਣਾ ਲਈਏ ਭਈ ਹਰ ਸਿੱਖ ਜਿਹੜਾ ਉਹ ਸਹਿਜ ਪਾਠ ਕਰੇ, ਹਰ ਸਿੱਖ ਆਪਣੇ ਵਿਰਸੇ ਤੋਂ ਵਾਕਫ ਹੋਵੇ, ਹਰ ਮਾਂ ਆਪਣੇ ਬੱਚੇ ਲਈ ਸਿਰਫ 5 ਮਿੰਟ ਲਾਵੇ, 5 ਮਿੰਟ ਬਹੁਤ ਹੈ, ਰੋਜ਼ 5 ਮਿੰਟ ਦਿੰਦੀ ਰਹੇ ਨਾ ਤਾਂ ਮੈਨੂੰ ਪੂਰਨ ਆਸ ਉਹਦੇ ਬੱਚੇ ਦੇ ਜੀਵਨ ਵਿੱਚੋਂ ਕਦੇ ਸਿੱਖੀ ਨਹੀਂ ਗੁਆਚੇਗੀ। ਆਪਣੇ ਮਾਣ ਮੱਤੇ ਵਿਰਸੇ ਨਾਲ ਵਾਪਸ ਜੁੜ ਜਾਈਏ, ਫਿਰ ਸਾਡਾ ਜੀਵਨ ਇਹ ਲੋਕ ਸੁਖੀ ਹੈ ਪਰ ਲੋਕ ਸੋਹੇਲੇ, ਨਾਨਕ ਹਰ ਪਰਬ ਆਪੇ ਮੇਲੇ, ਹੋਈਆਂ ਭੁੱਲਾਂ ਨੂੰ ਖਿਮਾ ਬਖਸ਼ਿਸ਼ ਕਰਨੀ, ਗੁਰੂ ਚਰਨਾਂ ਵਿੱਚ ਅਰਦਾਸ ਕਰਨਾ, ਸਾਹਿਬ ਅਗਾਂਹ ਵਾਸਤੇ ਸਮਰਥ ਪ੍ਰਦਾਨ ਕਰਨ। ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।